ਓਏ ਓਏ ਚੋਲੀ ਯਾਰ ਚੋਲੀ ਯਾਰ ਕੀ ਹਾਲ ਆ ਬਾਈ ਸਾਰਿਆਂ ਦੇ ਕਿਵੇਂ ਹੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਯਾਰ ਵੀਰੇ ਮੇਰਾ ਨਾਮ ਤੋਂ ਹਾਂਜੀ ਗੁਰਦੀਪ ਹਾਂਜੀ ਕੀ ਹਾਲ ਆ ਵੀਰੇ ਕੀ ਹਾਲ ਆ ਬਾਈ ਸਾਰਿਆਂ ਦੇ ਕੋਈ ਗੱਲਬਾਤ ਗੱਲਾਂ ਬਾਤਾਂ ਸੁਣਾਉਂਦੇ ਹਾਂ ਵੀਰੇ ਇੱਕ ਦੋ ਸੀਗੀਆਂ ਯਾਰ ਗੱਲਾਂ ਜੀਆਂ ਅਤੇ ਮੈਂ ਤੁਹਾਨੂੰ ਦੱਸਣੀਆਂ ਸੀਗੀਆਂ ਇੱਕ ਤਾਂ ਆਪਣਾ ਗਾਣਾ ਆਉਣਾ ਸੀਗਾ ਕੱਲ੍ਹ ਹਾਈਡ ਹੋ ਗਿਆ ਫੱਕ ਅਤੇ ਉਹ ਡਿਲੇ ਹੋ ਗਿਆ ਯਾਰ ਥੋੜ੍ਹੀਆਂ ਥੋੜ੍ਹੀਆਂ ਚੀਜ਼ਾਂ ਜੀਆਂ ਸੀਗੀਆਂ ਰਹਿੰਦੀਆਂ ਸੀਗੀਆਂ ਇੱਕ ਦੋ ਚੀਜ਼ਾਂ ਦੁਬਾਰੇ ਉਹ ਕਰਨਾ ਕੀ ਹੋ ਗਿਆ ਓਏ ਸ਼ੇਰੇ ਇੱਧਰ ਸ਼ੇਰਾ ਵੀ ਛਾਲ ਚੁਕਾਉਂਦਾ ਕਿਸੇ ਨਾ ਕਿਸੇ ਦੀ ਪਤਾ ਹੀ ਲੱਗਦਾ ਗਈ ਕੰਮ ਕੀ ਉਹਦੇ ਪਾਸੇ ਧਿਆਨ ਕਰਤਾ ਆਪਣਾ ਕਿਹਦੇ ਮਗਰ ਪੈ ਗਿਆ ਸੀ ਹਾਂਜੀ ਆਪਾਂ ਦੁਬਾਰੇ ਵਾਪਸ ਉਸੇ ਗੱਲ 'ਤੇ ਆਉਣੇ ਹਾਂ ਮੈਂ ਵੀ ਆਪਣਾ ਗਾਣਾ ਆਉਣਾ ਸੀਗਾ ਕੱਲ੍ਹ ਉਹ ਕੁਛ ਨਹੀਂ ਬਾਈ ਹੋਇਆ ਕੁਛ ਨਹੀਂ ਉਹ ਆਪਣਾ ਸ਼ੇਰਾ ਮਗਰ ਪੈ ਗਿਆ ਸੀ ਕਿਸੇ 'ਤੇ ਰਿਪੋਰਟ ਤੁਹਾਡੀ ਆਈ ਲਵ ਯੂ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਮੈਂ ਵੀਰੇ ਗਾਣਾ ਆਉਣਾ ਸੀਗਾ ਆਪਣਾ ਕੱਲ੍ਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈਗਾ ਆਈ ਡੋਂਟ ਗਿਵ ਅ ਫੱਕ ਉਹ ਕੱਲ੍ਹ ਯਾਰ ਡਿਲੇ ਹੋ ਗਿਆ ਠੀਕ ਹੈ ਅੱਜ ਫਿਰ ਅਸੀਂ 12 ਵਜੇ ਛੱਡਣਾ ਸੀ 12 ਵਜੇ ਵੀ ਸੁੱਖ ਨੇ ਡਿਲੇ ਕਰਤਾ ਠੀਕ ਹੈ ਅਤੇ ਹੁਣ 6 ਵਜੇ ਆ ਰਿਹਾ ਸ਼ਾਮੀ ਹੈ ਨਾ ਸਾਰੇ ਦੇਖ ਲਿਓ ਅਤੇ ਸੁਣ ਲਿਓ ਠੀਕ ਹੈ 295 ਗਾਣੇ ਨੂੰ ਵੀ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਵੀਰੇ ਥੈਂਕ ਯੂ ਵੈਰੀ ਮੱਚ ਬਹੁਤ ਪਹਿਲਾਂ ਰਿਲੀਜ਼ ਹੋਣਾ ਸੀ ਗਾਣਾ ਉਹ ਪਰ ਕਿਸੇ ਨਾ ਕਿਸੇ ਰੀਜ਼ਨਾਂ ਕਰਕੇ ਉਹ ਰਿਲੀਜ਼ ਨਹੀਂ ਹੋ ਪਾਇਆ ਸੋ ਵਧੀਆ ਹੋਇਆ ਅਸੀਂ ਐਲਬਮ ਕਰਤੀ ਅਤੇ ਐਲਬਮ 'ਚ ਰਿਲੀਜ਼ ਹੋ ਗਿਆ ਤੁਹਾਨੂੰ ਸਾਰਿਆਂ ਤੁਸੀਂ ਸਾਰਿਆਂ ਨੇ ਇੰਨਾ ਐਪਰੀਸ਼ੀਏਟ ਕੀਤਾ ਹੈ ਨਾ ਅਤੇ ਮੈਨੂੰ ਵੀ ਬਹੁਤ ਵਧੀਆ ਲੱਗਿਆ ਯਾਰ ਹੈ ਨਾ ਇੰਨੇ ਲੋਕਾਂ ਨੇ ਮੈਸੇਜ ਆਏ ਚਾਹੁਣ ਵਾਲਿਆਂ ਨੇ ਪਿਆਰ ਦਿੱਤਾ ਹੈ ਨਾ ਅਤੇ ਜਿਨ੍ਹਾਂ ਨੇ ਮਾੜਾ ਮੋਟਾ ਆਲੋਚਕ ਸੀ ਆਲੋਚਨਾ ਕੀਤੀ ਚਲੋ ਉਹ ਵੀ ਜ਼ਰੂਰੀ ਹੈ ਸਾਰੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਨਾ ਅਤੇ ਅੱਜ ਗਾਣਾ ਆਉਣਾ ਵੀਰੇ ਆਈ ਡੋਂਟ ਗਿਵ ਅ ਫੱਕ 6 ਵਜੇ ਸ਼ਾਮੀ ਕੋਈ ਵੀ ਚੀਜ਼ ਆ ਡਾਰਲਿੰਗ ਹਰੇਕ ਚੀਜ਼ 'ਤੇ ਮਿਹਨਤ ਹੁੰਦੀ ਹੈ ਨਾ ਹੁਣ ਆਪਾਂ ਸੋਚੀਏ ਵੀ ਪਹਿਲਾਂ ਵਾਲੀਆਂ ਚੀਜ਼ਾਂ ਕਰ ਜਾਈਏ ਹੁਣ ਕਈ ਬੰਦੇ ਕਹਿੰਦੇ ਨੇ ਕੋਈ ਵੀ ਚਾਹੇ ਉਹਨਾਂ ਨੇ ਸੁਣਿਆ ਚਾਹੇ ਨਾ ਸੁਣਿਆ ਉਹਨਾਂ ਨੇ ਕਹਿਣਾ ਨਹੀਂ ਯਾਰ ਪਹਿਲਾਂ ਵਾਲਾ ਵਧੀਆ ਸੀ ਆਹ ਘੱਟ ਵਧੀਆ ਉਹ ਯਾਰ ਪਹਿਲਾਂ ਵਾਲਾ ਤੁਸੀਂ ਸੁਣ ਲਿਆ ਜਿਹੜਾ ਨਵਾਂ ਵਾਲਾ ਇਹਨੂੰ ਸੁਣ ਲਓ ਚੰਗਾ ਲੱਗਿਆ ਸੁਣ ਲਓ ਨਹੀਂ ਚੰਗਾ ਲੱਗਿਆ ਡਿਸਲਾਈਕ ਕਰਕੇ ਨਿਕਲ ਜਾਓ ਹੈ ਨਾ ਸੋ ਕੋਈ ਵੀ ਚੀਜ਼ ਆ ਜਾਣੀ ਇੰਜੋਏ ਕਰਿਆ ਕਰੋ ਕਿਸੇ ਚੀਜ਼ ਨੂੰ ਐਡਾ ਦਿਲ 'ਤੇ ਲੈਣ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਹੈਗੀਆਂ ਅਤੇ ਹਰੇਕ ਗਾਣਾ ਪੁਰਾਣਾ ਤਾਂ ਪੁਰਾਣੀ ਚੀਜ਼ ਹੀ ਹੋ ਗਈ ਪੁਰਾਣਾ ਤੁਸੀਂ ਸੁਣ ਲਿਆ ਹੁਣ ਨਵਾਂ ਆ ਗਿਆ ਨਵਾਂ ਸੁਣ ਲਓ ਠੀਕ ਹੈ ਨਵਾਂ ਨਵਾਂ ਹੁੰਦਾ ਪੁਰਾਣਾ ਪੁਰਾਣਾ ਹੁੰਦਾ ਨਾ ਐਵੇਂ ਕੰਪੈਰੀਜ਼ਨ ਜੇ ਨਾ ਮਾਰਿਆ ਕਰੋ ਬੇਫਾਲਤੂ ਦੇ ਹੈ ਨਾ ਸੋ ਚੰਗਾ ਲੱਗਦਾ ਹੁੰਦਾ ਵਧੀਆ ਕਹਿ ਰਿਹਾ ਕਰੋ ਨਹੀਂ ਚੰਗਾ ਲੱਗਦਾ ਹੁੰਦਾ ਘੱਟ ਕੇ ਹੈ ਇੱਕ ਡਿਵਾਈਨ ਨਾਲ ਕਲੈਬ ਕਰੋ ਬਾਈ ਸਾਰਾ ਕੁਛ ਆਉਣਾ ਹਜੇ ਬਹੁਤ ਚੀਜ਼ਾਂ ਆਉਣੀਆਂ ਹਜੇ ਐਲਬਮ ਕੰਪਲੀਟ ਕਰਦੀ ਹੈ ਐਲਬਮ ਆਪਣੀ ਬਹੁਤ ਲੰਬੀ ਚੱਲ ਗਈ 2-3 ਆਹ ਸਾਰੇ ਗਾਣੇ ਹੁਣ ਠਾਠਾ ਕਰਕੇ ਅਸੀਂ ਸਾਰੇ ਪਾ ਦੇਣੇ ਨੇ ਗਾਣੇ ਅਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਉਹ ਵੀ ਕਰ ਦਿਆਂਗੇ ਆਪਾਂ ਸਾਰਾ ਕੋਈ ਇਸ਼ੂ ਵਾਲੀ ਗੱਲ ਨਹੀਂ ਰੋਮਾ ਇਜ਼ ਦਾ ਬੈਸਟ ਸੌਂਗ ਤੁਹਾਡਾ ਸਾਰਿਆਂ ਤੋਂ ਫੇਵਰੇਟ ਗਾਣਾ ਕਿਹੜਾ ਬ੍ਰੋ ਮੈਨੂੰ ਦੱਸ ਦਿਓ ਕਮੈਂਟਾਂ ਦੇ ਵਿੱਚ ਹੋ ਸਕਦਾ ਸੀ ਉਹਦੀ ਵੀਡੀਓ ਕਰਦੀ ਹੈ ਨਾ ਇੱਕ ਜਾਂ 2 ਗਾਣਿਆਂ ਦੀਆਂ ਵੀਡੀਓ ਕਰਨੀਆਂ ਨੇ ਉਹਨੇ ਇਹ ਨਹੀਂ ਪਤਾ ਵੀ ਕਿਹੜਿਆਂ ਦੀਆਂ ਕਰਨੀਆਂ ਸੋ ਮੈਨੂੰ ਆਪ ਤਾਂ ਮੈਂ ਤਾਂ ਕਨਫਿਊਜ਼ ਹਾਂ ਜਿਹੜੀ ਤੁਹਾਨੂੰ ਸਹੀ ਲੱਗਦਾ ਤਾਂ ਅਸੀਂ ਉਹ ਵੀਡੀਓ ਕਰ ਦਿਆਂਗੇ ਜਿਵੇਂ ਵੀ ਤੁਸੀਂ ਕਹੋਗੇ ਹੈ ਨਾ ਅਤੇ ਬਾਕੀ ਬਹੁਤ ਥੈਂਕ ਯੂ ਯਾਰ ਸਾਰਿਆਂ ਦਾ ਤੁਸੀਂ ਮਾੜੇ ਚੰਗੇ ਟਾਈਮ 'ਚ ਮੇਰੇ ਨਾਲ ਇੰਨਾ ਪਿਆਰ ਦਿੱਤਾ ਸਾਥ ਦਿੱਤਾ ਹੈ ਨਾ ਹੁਣ 295 ਗਾਣਾ ਸੀ ਵੀਰੋ ਕੁਛ ਕਰਤੀ ਯਾਰ ਤੁਸੀਂ ਸਾਰਿਆਂ ਨੇ ਹੈ ਨਾ ਇੰਨਾ ਸਾਰੇ ਵੀ ਕਈ ਚੀਜ਼ਾਂ ਹੁੰਦੀਆਂ ਜਾਂ ਉਹਨਾਂ ਨੂੰ ਆਪਾਂ ਬੋਲ ਕੇ ਨਹੀਂ ਕਰਵਾ ਸਕਦੇ ਹੁੰਦੇ ਜਾਂ ਆਪਾਂ ਕਿਸੇ ਨੂੰ ਕਹਿ ਕੇ ਵੀ ਯਾਰ ਆਹ ਕਰੋ ਆਹ ਕਰੋ ਸੋ ਬਸ ਮੈਂ ਤਾਂ ਤੁਹਾਨੂੰ ਥੈਂਕ ਯੂ ਹੀ ਕਰ ਸਕਦਾ ਹੈ ਨਾ ਅਤੇ ਬਾਕੀ ਮੇਰਾ ਸੁਭਾਅ ਨਹੀਂ ਹੈਗਾ ਡਾਰਲਿੰਗ ਵੀ ਵਾਜ ਬਾਜੀ ਲਾਈਵ ਹੋ ਕੇ ਨਾ ਮੈਂ ਕਿਸੇ ਬਾਰੇ ਬੋਲਾਂ ਜਾਂ ਹੈ ਨਾ ਮੈਨੂੰ ਚੰਗਾ ਨਹੀਂ ਲੱਗਦਾ ਆਪਾਂ ਕਿਸੇ ਬਾਰੇ ਨੈਗੇਟਿਵਿਟੀ ਕ੍ਰੀਏਟ ਕਰੀਏ ਲੋਕ ਪਤਾ ਨਹੀਂ ਕਿਉਂ ਇਹੋ ਜਿਹੇ ਕੰਮ ਕਰਦੇ ਨੇ ਮੈਂ 2-3 ਭਰਾਵਾਂ ਨੇ ਮੇਰਿਆਂ ਨੇ ਵੀ ਪੋਸਟਾਂ ਪਾਈਆਂ ਨੇ ਹੈ ਨਾ ਹੁਣ ਉਹ ਇੱਕ ਬੰਦਾ ਕਹਿ ਰਿਹਾ ਸਿਸਟਮ ਇੱਦਾਂ ਉੱਦਾਂ ਕਰ ਲਓ ਚਲੋ ਇਹੋ ਜਿਹੀਆਂ ਵੀ ਫਿਰ ਦਿਲ ਨਹੀਂ ਕਰਦਾ ਹੁੰਦਾ ਵੀ ਇਹਨਾਂ ਬਾਰੇ ਬੋਲਿਆ ਵੀ ਜਾਵੇ ਕਿਉਂਕਿ ਇਹ ਚੀਜ਼ਾਂ ਇਹ ਚਾਹੁੰਦੇ ਹੁੰਦੇ ਨੇ ਆਪਣੇ ਤੋਂ ਵੀ ਆਪਾਂ ਬੋਲੀਏ ਇਹਨਾਂ ਬਾਰੇ ਹੈ ਨਾ ਪਰ ਹਰੇਕ ਬੰਦੇ ਦਾ ਪ੍ਰੋਫੈਸ਼ਨ ਹੈ ਜਾਣ ਹਰੇਕ ਬੰਦਾ ਕਲਾਕਾਰ ਕਿਹੜਾ ਉੱਤੋਂ ਡਿੱਗੇ ਹੁੰਦੇ ਕਲਾਕਾਰ ਵੀ ਇੱਥੇ ਹੀ ਬਣ ਕੇ ਜਾਂਦੇ ਹੈ ਨਾ ਠੀਕ ਹੈ ਨਾ ਸੋ ਇਹੋ ਜਿਹੇ ਬੰਦੇ ਪੁਆਇੰਟਲੈਸ ਹੁੰਦੇ ਆ ਏਮਲੈਸ ਹੁੰਦੇ ਜ਼ਿੰਦਗੀ ਦੇ ਵਿੱਚ ਇਹਨਾਂ ਕੋਲ ਕਰਨ ਕਰਾਉਣ ਨੂੰ ਨਹੀਂ ਹੁੰਦਾ ਧਿਆਨ ਨਾ ਲਿਆ ਕਰੋ ਜਾਣ ਮੈਨੂੰ ਵੀ ਕੱਲ੍ਹ ਉਸ ਵਜੇ ਤੱਤੇ ਘਾਓ 'ਚ ਹੋ ਗਿਆ ਉਸ ਮੈਥੋਂ ਲਿਖਿਆ ਗਿਆ ਵੀ ਰਿਹਾ ਨਹੀਂ ਹੈ ਕਿਉਂਕਿ ਜਦੋਂ ਕੋਈ ਆਪ ਤੋਂ ਯਾਨੀ ਕਿ ਜਿਹਦਾ ਕੰਪੈਰੀਜ਼ਨ ਵੀ ਨਹੀਂ ਨਾ ਹੁੰਦਾ ਉਹ ਬੰਦਾ ਜਦੋਂ ਬੋਲਦਾ ਉਦੋਂ ਬੰਦੇ ਨੂੰ ਖਿੱਚ ਚੜ੍ਹਦੀ ਹੈ ਵੀ ਬੰਦਾ ਯਾਰ ਕੀ ਯਾਰ ਇਹ ਹੈ ਨਾ ਵੀ ਤੈਨੂੰ 3-13 ਸਪੇਰਾਂ 'ਚੋਂ ਫਿਰ ਬੰਦਾ ਤੂੰ ਥੋੜ੍ਹਾ ਜਿਹਾ ਹੁੰਦਾ ਵੀ ਛੱਡ ਯਾਰ ਭਰਾ ਹੈ ਨਾ ਵੀ ਕੀ ਪੱਤੇ ਘਾਹ 'ਚ ਆਪਾਂ ਬੋਲ ਜਾਂਦੇ ਹਾਂ ਪਰ ਇਹੋ ਜਿਹੇ ਬੰਦਿਆਂ ਨੂੰ ਇਗਨੋਰ ਕਰਿਆ ਕਰੋ ਇਹੀ ਚੀਜ਼ ਹੀ ਚਾਹੁੰਦੇ ਨੇ ਹੈ ਨਾ ਅਸੀਂ ਵੀ ਕਈ ਵਾਰੀ ਗਲਤੀ ਨਾਲ ਟੈਨਸ਼ਨ ਦੇ ਦਿੰਦੇ ਹਾਂ ਵੀ ਐਂ ਕਰਕੇ ਬੋਲਦੇ ਹੈ ਨਾ ਸੋ
कई बंद ने साडे कलाकार भाईचारा चो गिप्पी भाई सारे अज बोली जाते हैं ना सारे सारे नहीं बुरा लगता यार सारे है ना किसी के प्रोफेशन असं किसी माड़ा चंगा नहीं कहने तुम ना किसी कहो ठीक है जे कहने तो सुन की हिम्मत रखो बस यही चीज़ होंगी है। सो ये चीज़ा चली जाने ने तो इन्हों तो इन्ना ज्यादा खा ध्यान देने की लड़ नहीं क्योंकि ये चीज़ा ये चौ कर दी ताने टेंशन वास्ते तो बाकी होर दसो ठीक ठाक हो सारे लव यू जान लव यू टू वीरे दिल दिल दिक्षु अच्छा जी नाई वाले भाई टेढ़े मेढ़े ही आने लग गए अच्छे नाई नहीं पढ़ते वे अमर मेहरा सिद्धू मूसे वाला भाजी मैं थोड़ी बहुत वीडी फैन हाँ ठीक है जानी जी ठीक है थैंक यू सिद्धू भाजी हैलो हाँ जी हैलो 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 कोई किसी का क्वेश्चन हो मैं पूछ लियो क्योंकि फिर मैं स्विच इन कर दूंगा मैं पबजी लाइव स्ट्रीम कर दिया करो पबजी वीरे मैं खेडी भी नहीं करे लोगों की परवाह ना करो मैं बिल हो जाती है भरावा जो आप दिलों चंगे होंगे साफ होंगे सारे की परवाह हो जाती है क्योंकि आप कदे कदे आप जो तो आप किसी बुरा भला करे क्या हो पहला क्या हो आप जो आप कोई आना आई कोई बंदा पंगे लैन लग गया तो उदो होंगे भी ये यार नजायज है ना भाई मिलन का कदों आ सकते हैं वीरे हजे दो महीने कोई ना हो वीरे है ना उस्ताद जी मंजी ठोकी क्यों नहीं और नहीं मंजी ठोकन रब बैठा जाने किन्न नहीं ठोकी जावे मंजी एक कदे ठोकन वाली बढ़ जाती है चलो वीरे डैड हर डाई हर्ड फैन थैंक यू दिल्ली आ जा दिल्ली भी आवेंगे वीरे दूर सोंग सोंग वीरे छे बजे शामी दो घंटे रह गए तो पग वाला ड्रेक पता एक गल एक चीज़ मैं होर सोचता सीगा भी जिवें जान पैसा हो गया शोहरत हो गई है ना किसी बंदे को नहीं रहनी मैनू भी पता है मेरे को भी नहीं रहनी है ना हरेक बंदे को आती है तो हरेक बंदे तो ट्रैवल होकर जाती है ठीक है पर यह जिहड़ा कोई चंगा होंगे जिहड़ी किस्मत चंगी होंगी है उन्होंने सोर्स बना के लंघ जाती है जिहड़े बंदे ने उन्होंने सोर्स सांभे नहीं होंगे वो रेस्ट ऑफ लाइफ वो भुखा मरता है पर इस चीज़ का यानी कि पैसा देने वाला या शोहरत देने वाला या कोई भी अपने को सोर्स देने वाला वो वाहेगुरू है पता नहीं दुनिया क्यों भुल जाती है ना की सिस्टम है ना नाले पैसा होना सारी सारा कुछ थोड़ी होंगे जन पैसा होना मैं कई बंदे यह भी देखे भी जोड़े मिलेनियर होंगे ने भी उन्होंने गुआढ़ी भी नहीं जानना होंगे वह सो कुछ भी परमात्मा ने दिता यार वह अहंकार ज कुछ करनी मैं नहीं लगता कोई चंगी गल सारे हरेक बंदे को अपना एक गुण है अपना अंदाज है वो जिमें जिंदगी ज्यौदा उन्होंने ज्यौन दे होना उन्होंने कुछ कह रहा है ना बाकी कोई भी बंदा अपना मैं तो पता हिसाब किताब ना भी किसी तो सर्टिफिकेट लैन की लड़ नहीं किसी बंद भी आपके टोर न ज्यो यार जो चंगा लगता तुम करो तो आई डोंट गिव अ फक है नवा म्यूजिक है सारा कुछ नवा तो घेंट गाना ठीक है सुन लियो चंगा लग्या सुन लियो नहीं चंगा लग्या डिसलाइक करके तुम्हें पता ही है तो सारे सियाने हो सो सुन लो छे बजे गाना आना मेरे क्या घटिया जे कंपेरिजन दो तीन फेक जड़िया होंगे ने आनिया होंगे ने बिच करना उन्हें हरेक गाने का वो गाना सुने चाहे ना सुने नहीं यार गल नहीं बनी यार पुराना वधिया सी जबकि कई गाने तो यह जो पुराने आए ही नहीं सो यह पिछे